ਦੋਸਤੋ ਪੂਰੇ ਹੀ ਦੇਸ਼ ਅਤੇ ਦੁਨੀਆ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ। ਉੱਥੇ ਹੀ ਅਸੀਂ ਅੱਜ ਅੰਮ੍ਰਿਤਸਰ ਦੇ ਅਜੀਤ ਨਗਰ ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਕਿ ਇਲਾਕਾ ਨਿਵਾਸੀਆਂ ਦੇ ਵੱਲੋਂ ਇੱਕ ਕੇਕ ਤਿਆਰ ਕਰਵਾਇਆ ਗਿਆ। ਤਾਂ ਪਹਿਲਾਂ ਉਸ ਕੇਕ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ 600 ਪੌਂਡ ਦਾ ਜਿਹੜਾ ਕੇਕ ਆ ਉਹ ਤਿਆਰ ਕਰਵਾਇਆ ਗਿਆ। ਤਾਂ ਇਹ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਜਾ ਕੇ ਇਲਾਕਾ ਨਿਵਾਸੀਆਂ ਦੇ ਵੱਲੋਂ ਕਟਿੰਗ ਕੀਤਾ ਦੇ ਵਿੱਚ ਵਰਤਾਇਆ ਜਾਏਗਾ। ਤਾਂ ਉਸ ਤੋਂ ਪਹਿਲਾਂ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਹਾਂ ਕਿ ਕਿਸ ਤਰ੍ਹਾਂ ਜਿਹੜਾ ਡਰਾਈ ਫਰੂਟ ਤੇ ਹੋਰ ਵੀ ਜਿਹੜੇ ਵੱਖ ਵੱਖ ਜਿਹੜੇ ਫਰੂਟ ਪਾ ਕੇ ਇਸ ਕੇਕ ਨੂੰ ਤਿਆਰ ਕੀਤਾ ਗਿਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਕੇਕ ਦੇ ਨਾਲ ਬਹੁਤ ਸਾਰੀ ਸੰਗਤ ਜਿਹੜੀ ਇੱਥੇ ਪਹੁੰਚੀ ਹੋਈ ਆ, ਉਹਨਾਂ ਦੇ ਵੱਲੋਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ, ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਹਾਂ। ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਬਹੁਤ ਸਾਰੀਆਂ ਚੋਕਲੇਟਾਂ ਦੇ ਨਾਲ ਜਿਹੜਾ ਇਹ ਕੇਕ ਦਿਖਾਈ ਦੇ ਰਿਹਾ। ਤਾਂ ਕਾਫੀ ਜਿਹੜੇ ਡਰਾਈ ਫਰੂਟ ਨੇ ਜਾਂ ਫਿਰ ਹੋਰ ਵੀ ਜਿਹੜਾ ਵਾ ਸਪੈਸ਼ਲ ਇਸ ਕੇਕ ਨੂੰ ਸੰਗਤ ਦੇ ਵੱਲੋਂ ਤਿਆਰ ਕਰਵਾਇਆ ਗਿਆ, ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਹਾਂ। ਤਾਂ ਤੁਸੀਂ ਵੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਵੀ ਇੱਥੇ ਜ਼ਰੂਰ ਪਹੁੰਚੇ ਹੋਏ ਨੇ। ਤਾਂ ਕੀ ਕਹਿਣਾ ਚਾਹੁੰਦੇ ਹੋ ਕੇਕ ਦੇ ਨਾਲ ਤੁਹਾਡੇ ਵੱਲੋਂ ਫੋਟੋਆਂ ਕਰਵਾਈਆਂ ਜਾ ਰਹੀਆਂ ਨੇ? ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹਨ ਸੰਗਤ ਜੀ। ਤਾਂ ਕੀ ਕਹਿਣਾ ਚਾਹੁੰਦੇ ਹੋ, ਏਡਾ ਵੱਡਾ ਕੇਕ ਦੇਖਿਆ ਤੁਸੀਂ ਪਹਿਲਾਂ? ਨਹੀਂ। ਤਾਂ ਕਿੱਦਾਂ ਦਾ ਲੱਗ ਰਿਹਾ ਕੇਕ? ਬਹੁਤ ਅੱਛਾ। ਤੁਸੀਂ ਵੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਇੱਥੇ ਪਹੁੰਚੇ ਹੋਏ ਨੇ, ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਕੇਕ ਦੇਖਣ ਦੇ ਲਈ ਉਹ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਾ। ਤਾਂ ਅਸੀਂ ਇਸ ਵੇਲੇ ਵਾਰਡ ਨੰਬਰ 46 ਦੇ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਹੋਣਾ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਸਰ ਕੀ ਕਹਿਣਾ ਚਾਹੁੰਦੇ ਹੋ, ਜਿਹੜਾ ਇਲਾਕਾ ਨਿਵਾਸੀਆਂ ਦੇ ਵੱਲੋਂ ਇਹ ਵੱਡਾ ਜਿਹੜਾ ਸਮੂਹ ਸਾਧ ਸੰਗਤ ਨੂੰ ਲੱਖ 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 ਵਧਾਈ ਹੋਵੇ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਸਾਡੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਮੰਨੂ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਿਹੜਾ ਜਨਮ ਦਿਹਾੜੇ ਦਾ ਕੇਕ ਆ, ਇਹ ਪਿਛਲੇ 12 ਸਾਲਾਂ ਤੋਂ ਕੱਟ ਕੀਤਾ ਜਾ ਰਿਹਾ, ਜਿਹਦੇ ਵਿੱਚ 300 ਪੌਂਡ ਤੋਂ ਸ਼ੁਰੂ ਕੀਤਾ ਸੀ। ਹਰ ਸਾਲ ਵਾਧਾ ਕਰਦਾ ਕਰਦਾ ਜਿਸ ਤਰ੍ਹਾਂ ਲੋਕਾਂ ਦਾ ਨਾਲ ਸਹਿਯੋਗ ਮਿਲਦਾ ਗਿਆ ਤੇ ਇਹ 600 ਪੌਂਡ ਤੱਕ ਪਹੁੰਚ ਚੁੱਕਾ। ਅੱਜ ਤੁਸੀਂ ਦੇਖੋ ਵੀ 600 ਪੌਂਡ ਦਾ ਕੇਕ ਮਹਾਰਾਜ ਦੇ ਮਤਲਬ ਜਨਮ ਦਿਹਾੜੇ ਦੇ ਉੱਤੇ ਆਪਣੇ ਖੁਸ਼ੀਆਂ ਲੈਣ ਵਾਸਤੇ ਮਹਾਰਾਜ ਦੀਆਂ ਇੱਥੋਂ ਲੈ ਕੇ ਜਾ ਕੇ ਸ਼ਹੀਦਾਂ ਸਾਹਿਬ ਜਾ ਕੇ ਕੱਟ ਕਰਨਾ ਤੇ ਤੁਸੀਂ ਇਹ ਸਾਰਾ ਲੋਕਾਂ ਦਾ ਪਰਿਵਾਰਾਂ ਦਾ ਸਹਿਯੋਗ ਆ, ਇਲਾਕਾ ਨਿਵਾਸੀਆਂ ਦਾ ਸਹਿਯੋਗ ਆ। ਮੈਂ ਬਹੁਤ 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 ਸਾਰਿਆਂ ਨੂੰ ਦੁਬਾਰਾ ਹੱਥ ਜੋੜ ਕੇ ਸਾਰਿਆਂ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੰਦਾ। ਇਸ ਕੇਕ ਦੇ ਵਿੱਚ ਕੀ ਕੁਝ ਖਾਸ ਜਿਹੜਾ ਵਾ ਪਾਇਆ ਗਿਆ? ਇਹ ਕੇਕ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਰਹਿਤ ਮਰਿਆਦਾ ਉਹਦਾ ਬੜਾ ਖਾਸ ਧਿਆਨ ਨਹੀਂ ਕੀਤਾ ਗਿਆ, ਅਤੇ ਕੋਈ ਵੀ ਐਸੀ ਚੀਜ਼ ਨਹੀਂ ਜਿਹੜੇ ਦੇ ਵਿੱਚ ਵਰਤੀ ਗਈ ਜਿਹੜੀ ਕਿ ਮਰਿਆਦਾ ਦੇ ਖਿਲਾਫ ਹੋਵੇ। ਤੇ ਉਸ ਤੋਂ ਬਾਅਦ ਇਹ ਜਿਹੜੇ ਬਣਾਉਣ ਵਾਲੇ ਆ ਉਹਨਾਂ ਨੇ ਵੀ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਕੀਤਾ ਗਿਆ ਤੇ ਦੇਖੋ ਅੱਜ ਮਹਾਰਾਜ ਦਾ ਦਿਨ ਹੈ, ਸਭ ਕੁਝ ਉੱਥੋਂ ਹੀ ਪ੍ਰਾਪਤ ਹੋਇਆ। ਤੇ ਮੈਂ ਕਹਿੰਦਾ ਵੀ ਦੇਖੋ ਲੋਕਾਂ ਦਾ ਉਤਸ਼ਾਹ ਦੇਖੋ ਤੁਸੀਂ ਸਾਰੇ ਜਿਹੜੇ ਇੱਥੇ ਲੋਕ ਨੇ, ਮੈਂ ਕਿਹਾ ਸਾਰਾ ਇਲਾਕਾ ਇਕੱਠਾ ਹੋਇਆ ਤੇ ਸਾਰੇ ਇਲਾਕੇ ਨੇ ਬਾਬਾ ਦੀਪ ਸਿੰਘ ਦਾ ਜਨਮ ਦਿਨ ਉੱਥੇ ਜਾ ਕੇ ਕੱਟ ਕਰਕੇ ਮਨਾਉਣਾ। ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਜਿਹੜਾ ਕੇਕ ਆ ਉਹ ਕਿਸ ਤਰ੍ਹਾਂ ਲੈ ਕੇ ਜਾਣਗੇ ਇੱਥੋਂ? ਇਹ ਕੇਕ ਦੇ ਥੱਲੇ ਜਿਹੜਾ ਬੇਸ ਆ ਉਹ ਪਲਾਈ ਦਾ ਬੇਸ ਬਣਿਆ ਆ। ਇਸ ਪਲਾਈ ਦੇ ਬੇਸ ਨੂੰ ਇਹਦੇ ਵਾਸਤੇ ਇੱਕ ਵੱਡਾ ਟਰਾਲਾ ਕੀਤਾ ਗਿਆ, ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਉਹ ਟਰਾਲੇ ਦਾ ਸਾਈਜ਼ ਵੀ ਵੱਡਾ ਹੁੰਦਾ ਬਾਬਾ ਜੀ ਦੇ ਜਨਮ ਦਿਨ ਦਾ ਕੇਕ ਕੱਟ ਕਰਕੇ। ਠੀਕ। ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ, ਤਾਂ ਫਿਲਹਾਲ ਤੁਹਾਨੂੰ ਇੱਕ ਵਾਰ ਫੇਰ ਤੋਂ ਤਸਵੀਰ ਸਾਂਝੀ ਕਰ ਦਿੰਦੇ ਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਕੇਕ ਆ ਉਹ ਕਾਫੀ ਵੱਡਾ ਹੋਣ ਕਾਰਨ ਜਿਹੜਾ ਵਾ ਉਸਦੇ ਲਈ ਇੱਕ ਟਰਾਲਾ ਜਿਹੜਾ ਤਿਆਰ ਕੀਤਾ ਗਿਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਕੇਕ ਦੇ ਥੱਲੇ ਉਹਨਾਂ ਦੇ ਵੱਲੋਂ ਲੱਕੜ ਦੀ ਜਿਹੜੀ ਇੱਕ ਲਗਾਈ ਗਈ ਆ, ਤਾਂ ਜਿਸ ਕਰਕੇ ਜਦੋਂ ਉਹ ਕੇਕ ਨੂੰ ਚੁੱਕਣਗੇ ਤਾਂ ਪਹਿਲਾਂ ਪਲਾਈ ਨੂੰ ਨਾਲ ਚੁੱਕਣਾ ਪਵੇਗਾ, ਤਾਂ ਉਸ ਤੋਂ ਬਾਅਦ ਇਸ ਨੂੰ ਟਰਾਲੇ ਦੇ ਉੱਪਰ ਰੱਖ ਕੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਵਿੱਚ ਲੈ ਕੇ ਜਾਣਗੇ। ਤਾਂ ਉਸ ਤੋਂ ਬਾਅਦ ਉੱਥੇ ਜਿਹੜਾ ਕੇਕ ਨੂੰ ਕੱਟ ਕਰਕੇ ਜਿਹੜੀ ਖੁਸ਼ੀ ਆ ਉਹ ਮਨਾਈ ਜਾਏਗੀ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪੂਰੇ ਕੇਕ ਦੀ ਤਸਵੀਰ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਪਏ ਹਾਂ ਕਿ ਕਿਸ ਤਰ੍ਹਾਂ ਇਲਾਕਾ ਨਿਵਾਸੀਆਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਸਪੈਸ਼ਲ ਜਿਹੜਾ ਕੇਕ ਆ ਉਹ
ਤਿਆਰ ਕਰਵਾਇਆ ਜਾਂਦਾ ਤਾਂ ਇਸ ਸਾਲ ਵੀ ਤਿਆਰ ਕਰਵਾਇਆ ਗਿਆ ਤਾਂ ਲਗਾਤਾਰ ਅਸੀਂ ਗੱਲਬਾਤ ਤਿਆਰੀ ਕਰਦੇ ਹਾਂ। ਤਾਂ ਕੀ ਨਾਮ ਆ ਜੀ? ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਅੱਜ ਸਾਡੀ ਕੌਮ ਦੇ ਮਹਾਨ ਜਰਨੈਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਪ੍ਰਕਾਸ਼ ਦਿਹਾੜਾ, ਅਸੀਂ ਉਹਦੇ ਸੰਬੰਧ 'ਚ ਇਕੱਠੇ ਹੋਏ ਹਾਂ। ਅਸੀਂ ਹਰ ਸਾਲ ਆਪਣੇ ਟਰੈਕਟਰ ਦੀ ਸੇਵਾ ਲੱਗਦੀ, ਹਰ ਸਾਲ ਇੱਥੇ ਟਰੈਕਟਰ ਲੈ ਕੇ ਅਸੀਂ ਆਉਂਦੇ ਹਾਂ। ਟਰਾਲੀ ਦੇ ਉੱਪਰ ਕੇਕ ਸੁਸ਼ੋਭਿਤ ਹੋ ਕੇ ਅਤੇ ਸ਼ਹੀਦਾਂ ਸਾਹਿਬ ਦੇ ਬਾਹਰ ਲੈ ਕੇ ਜਾਈਦਾ, ਉੱਥੇ ਕੇਕ ਕੱਟਿਆ ਜਾਂਦਾ ਅਤੇ ਸੰਗਤ ਦੇ ਵਿੱਚ ਵਰਤਾਇਆ ਜਾਂਦਾ। ਇਹ ਹਰ ਸਾਲ ਕਈ ਸਾਲਾਂ ਤੋਂ ਅਸੀਂ ਇਹ ਜਿਹੜੀ ਸੇਵਾ ਨਿਭਾ ਰਹੇ ਹਾਂ, ਪਰਮਾਤਮਾ ਨੇ ਜਿਹੜੀ ਲਾਈ ਹੋਈ। ਅਤੇ ਕੀ ਕਹਿਣਾ ਚਾਹੁੰਦੇ ਹੋ, ਹਰ ਸਾਲ ਇਸੇ ਤਰ੍ਹਾਂ ਦਾ ਕੇਕ ਤਿਆਰ ਕਰਵਾਇਆ ਜਾਂਦਾ ਜਾਂ ਫਿਰ ਵੱਖ ਵੱਖ ਡਿਜ਼ਾਈਨ ਜਿਹੜੇ ਨੇ ਉਹ ਤਿਆਰ ਕਰਵਾਏ ਜਾਂਦੇ ਨੇ? ਤਕਰੀਬਨ ਡਰਾਈ ਫਰੂਟ ਵਾਲਾ ਹੀ ਹੁੰਦਾ ਹਰ ਸਾਲ, ਜਿਹਦਾ ਹਰ ਵਾਰੀ ਜੇ ਕੋਈ ਟੇਸਟ ਚੇਂਜ ਹੁੰਦਾ ਆ ਉਹਦਾ, ਬਟ ਹੁੰਦਾ ਹਰ ਸਾਲ ਡਰਾਈ ਫਰੂਟ ਦਾ ਹੀ ਕੇਕ ਜਿਹੜਾ ਤਿਆਰ ਕੀਤਾ ਜਾਂਦਾ। ਤੇ ਕਿੰਨੇ ਵਜੇ ਰਾਤ ਨੂੰ ਜਿਹੜਾ ਇਹ ਕੇਕ ਆ ਕਟਿੰਗ ਕੀਤਾ ਜਾਏਗਾ? ਇਹ ਜੀ ਸੁਬਹਾ ਜਦੋਂ ਅਗਲਾ ਦਿਨ ਚੜ੍ਹੇਗਾ 27 ਤਰੀਕ ਨੂੰ, ਕੱਲ ਨੂੰ ਸਾਡੇ ਗੁਰੂ ਜੀ ਦਾ ਜਨਮ ਦਿਨ ਹੈ ਤੇ ਕੱਲ ਨੂੰ ਜਦੋਂ 12 ਵੱਜਣਗੇ 12 ਵੱਜੇ 1 ਮਿੰਟ ਤੇ ਜਿਹੜਾ ਕੇਕ ਕੱਟਿਆ ਜਾਂਦਾ। ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਜੇ, ਕਿਉਂਕਿ ਕੇਕ ਦਾ ਸਾਈਜ਼ ਬਹੁਤ ਵੱਡਾ ਹੈ, ਤਾਂ ਕਿੰਨੇ ਕੁ ਨੌਜਵਾਨ ਇਸ ਕੇਕ ਨੂੰ ਚੁੱਕ ਕੇ ਉਸ ਟਰਾਲੀ ਦੇ ਵਿੱਚ ਲੈ ਕੇ ਜਾਂਦੇ ਨੇ? ਇਹ ਹੁਣ ਜੀ ਇੱਥੇ ਟਰਾਲੀ ਲੱਗ ਜਾਣੀ ਆ, ਬੈਗ 20-25 ਜਾਣਿਆਂ ਨੇ ਚੱਕ ਕੇ ਤੇ ਇਹਨੂੰ ਫਿਰ ਟਰਾਲੀ ਦੇ ਉੱਪਰ ਉਹਦੇ ਉੱਪਰ ਸੈਟਿੰਗ ਕੀਤੀ, ਉਸ ਹਿਸਾਬ ਨਾਲ ਬਣਾਇਆ ਜਾਂਦਾ ਵੀ ਜਿੰਨੇ ਫੁੱਟ ਦੀ ਟਰਾਲੀ ਹੈ ਉਹਦੇ ਹਿਸਾਬ ਨਾਲ ਬਣਾ ਕੇ ਇਹਨੂੰ ਤੇ ਇਹਦੇ ਉੱਪਰ ਰੱਖਿਆ ਜਾਂਦਾ ਟਰਾਲੀ ਦੇ ਉੱਪਰ, ਤੇ ਇੱਦਾਂ ਟਰਾਲੀ ਦੇ ਉੱਪਰ ਹੀ ਇਹਨੂੰ ਵਰਤਾ ਦਿੱਤਾ ਜਾਂਦਾ ਉੱਥੇ ਜਾ ਕੇ। ਠੀਕ ਹੈ ਜੀ। ਤਾਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸੰਗਤ ਨੂੰ ਮੈਸੇਜ ਜੀ, ਸੰਗਤ ਨੂੰ ਮੈਸੇਜ ਇਹੀ ਹੈ ਵੀ ਅੱਜ ਸਾਡੇ ਜਿਹੜੇ ਜਰਨੈਲ ਨੇ ਸਾਡੀ ਕੌਮ ਦੇ, ਉਹਨਾਂ ਨੇ ਸਾਡੀ ਖਾਤਰ ਸ਼ਹੀਦੀਆਂ ਦਿੱਤੀਆਂ, ਅਸੀਂ ਹੋਰ ਕਿਸੇ ਰਾਹ ਵੱਲ ਨਸ਼ਿਆਂ ਵਾਲੇ ਰਾਹ ਤੋਂ ਭਟਕ ਕੇ ਸਿੱਧੇ ਰਹੇ ਪਈਏ, ਉਹਨਾਂ ਦੀ ਜਿਹੜੀਆਂ ਕਈਆਂ ਹੋਈਆਂ ਗੱਲਾਂ ਤੇ ਅਸੀਂ ਅਮਲ ਕਰੀਏ। ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਵੱਲੋਂ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਕਿ ਜਿਹੜੇ ਨੌਜਵਾਨ ਭੜਕ ਚੁੱਕੇ ਨੇ ਤਾਂ ਉਹਨਾਂ ਨੂੰ ਨਸ਼ਾ ਛੱਡ ਕੇ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਹੈ। ਤਾਂ ਜਿਸ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ, ਤੁਸੀਂ ਵੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਜਿਹੜਾ ਇਹ ਕੇਕ ਆ ਤਿਆਰ ਕੀਤਾ ਗਿਆ, ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਹਾਂ। ਕਿਸ ਤਰ੍ਹਾਂ ਜਿਹੜਾ ਡਰਾਈ ਫਰੂਟ ਵਾਲਾ ਕੇਕ ਆ ਉਹ ਤਿਆਰ ਕਰਵਾਇਆ ਗਿਆ, ਤਾਂ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ, ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀਆਂ ਫੋਟੋਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਲਾਕਾ ਨਿਵਾਸੀਆਂ ਦੇ ਵੱਲੋਂ ਤਾਂ ਇਸ ਸਾਲ ਵੀ ਜਿਹੜਾ ਕੇਕ ਤਿਆਰ ਕਰਵਾਇਆ ਗਿਆ, ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ, ਉਹਨਾਂ ਦੇ ਵੱਲੋਂ ਕੇਕ ਦੀਆਂ ਜਿਹੜੀਆਂ ਲਗਾਤਾਰ ਫੋਟੋਆਂ ਆਪਣੇ ਮੋਬਾਈਲ ਫੋਨ ਦੇ ਵਿੱਚ ਖਿੱਚੀਆਂ ਜਾ ਰਹੀਆਂ ਨੇ, ਕਿਉਂਕਿ ਕੇਕ ਜਿਹੜਾ ਵਾ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਿਹਾ, ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਹਾਂ। ਤਾਂ ਇਹਦੇ ਵੱਲੋਂ ਕਿਹਾ ਜਾ ਰਿਹਾ ਕਿ ਥੋੜੇ ਹੀ ਸਮੇਂ ਦੇ ਬਾਅਦ ਇਸ ਕੇਕ ਨੂੰ ਟਰਾਲੀ ਦੇ ਵਿੱਚ ਰੱਖ ਕੇ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਲੈ ਕੇ ਜਾਣਗੇ, ਤਾਂ ਉਸ ਤੋਂ ਬਾਅਦ ਉਸ ਕੇਕ ਨੂੰ ਕੱਟ ਕੇ ਸੰਗਤ ਦੇ ਵਿੱਚ ਵਰਤਾ ਕੇ ਖੁਸ਼ੀ ਮਨਾਈ ਜਾਏਗੀ। ਜਗਬਾਣੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ, ਅੰਮ੍ਰਿਤਸਰ।